ਜੇ ਅਗਰ ਆਪਾਂ ਗੱਲ ਕਰੀਏ ਕਿ ਕਿਵੇਂ ਮੈਨੇਜ ਕਰ ਸਕਦੇ ਹਾਂ ਤਾਂ ਮੋਸਟਲੀ ਜੋ ਛੋਟੀ ਪੱਥਰੀ ਹੈ ਤਾਂ ਉਸਨੂੰ ਆਪਾਂ ਆਪਣੇ ਆਪ ਪਾਸ ਹੋਣ ਲਈ ਵੇਟ ਕਰਦੇ ਹਾਂ। ਕੁਛ ਦਵਾਈਆਂ ਹੁੰਦੀਆਂ ਜਿਸ ਨਾਲ ਆਪਾਂ ਪਿਸ਼ਾਬ ਦੇ ਰਸਤੇ ਨੂੰ ਰਿਲੈਕਸ ਕਰ ਸਕਦੇ ਹਾਂ ਅਤੇ ਪੱਥਰੀ ਨਿਕਲਣ ਵਿੱਚ ਹੈਲਪ ਹੁੰਦੀ ਹੈ ਉਹਦੇ ਨਾਲ। ਅਤੇ ਡਾਕਟਰ ਸਾਹਿਬ ਹੁਣ ਦਵਾਈਆਂ ਦੀ ਗੱਲ ਆਈ ਹੈ ਤਾਂ ਦਵਾਈਆਂ ਖੈਰ ਜੋ ਡਾਕਟਰੀ ਤੌਰ 'ਤੇ ਇੱਕ ਦੱਸੀਆਂ ਹੋਈਆਂ ਖਾਸ ਦਵਾਈਆਂ ਹੁੰਦੀਆਂ ਨੇ ਉਹ ਤਾਂ ਮੰਨਣ ਦੇ ਕਾਬਿਲ ਨੇ ਕਿਉਂਕਿ ਉਹ ਇੱਕ ਬਹੁਤ ਜ਼ਿਆਦਾ ਰਿਸਰਚ ਤੋਂ ਬਾਅਦ ਹੀ ਦੱਸੀ ਜਾਂਦੀ ਹੈ ਇੱਕ ਡਾਕਟਰ ਦੇ ਵੱਲੋਂ। ਪਰ ਜਦੋਂ ਅਸੀਂ ਗੱਲਬਾਤ ਆਉਂਦੀ ਹੈ ਘਰਾਂ ਦੇ ਵਿੱਚ ਤਾਂ ਘਰਾਂ ਦੇ ਵਿੱਚ ਬਹੁਤ ਸਾਰੇ, ਹੁਣ ਮੇਰਾ ਇੱਕ ਦੋਸਤ ਸੀ ਉਸਦੇ ਵੱਲੋਂ ਇਹ ਕਿਹਾ ਗਿਆ ਕਿ ਅਗਰ ਪੱਥਰੀ ਹੋਗੀ ਤਾਂ ਬੇਰ ਪੀਓ ਜਾਂ ਫਿਰ ਖਾਰਾ ਜਾਂ ਸੋਡਾ ਵਗੈਰਾ ਪੀ ਕੇ ਨਾ ਇਹਦਾ ਇਲਾਜ ਕੀਤਾ ਜਾ ਸਕਦਾ। ਤਾਂ ਇਹ ਇਸ ਤਰ੍ਹਾਂ ਦੇ ਜਿਹੜੀਆਂ ਹੈਗੀਆਂ ਨੇ ਇਹਨਾਂ ਦੇ ਨਾਲ ਕੋਈ ਫਰਕ ਵਾਕਈ ਪੈਂਦਾ? ਦੇਖੋ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ, ਮੇਰੇ ਕੋਲ ਜਿਹੜਾ ਵੀ ਪੇਸ਼ੈਂਟ ਆਉਂਦਾ ਪਹਿਲਾ ਕੁਸ਼ਚਨ ਉਸਦਾ ਇਹੀ ਹੁੰਦਾ ਜੀ ਕਿ ਡਾਕਟਰ ਸਾਹਿਬ ਮੈਂ ਬੀਅਰ ਪੀ ਲਾਂ, ਅਤੇ ਕਈ ਲੋਕ ਤਾਂ ਇਸ ਬਹਾਨੇ ਬੀਅਰ ਵੀ ਪੀ ਜਾਂਦੇ ਨੇ। ਅੱਛਾ ਜੀ, ਐਕਚੁਅਲੀ ਐਵੇਂ ਨਹੀਂ ਹੁੰਦਾ ਜੀ। ਦੇਖੋ ਬੀਅਰ ਜਾਂ ਪਾਣੀ ਉਹਦੇ ਨਾਲ ਯੂਰੀਨ ਦੀ ਮਾਤਰਾ ਐਕਸਟਰਾ ਬਣੇਗੀ। ਬੀਅਰ ਇੱਕ ਡਾਇਓਰੈਟਿਕ ਦਾ ਕੰਮ ਕਰਦੀ ਹੈ, ਯੂਰੀਨ ਦੀ ਮਾਤਰਾ ਨੂੰ ਵਧਾਉਂਦੀ ਹੈ, ਪਰ ਕੀ ਉਹ ਪੱਥਰੀ ਕੱਢਣ ਵਿੱਚ ਹੈਲਪਫੁਲ ਹੈ ਜਾਂ ਨਹੀਂ? ਬੇਸਿਕਲੀ ਜਦੋਂ ਪੱਥਰੀ ਫਸੀ ਹੋਈ ਹੈ ਉਸ ਟਾਈਮ ਕਿਡਨੀ 'ਤੇ ਸੋਜਿਸ਼ ਆਈ ਹੋਈ ਹੈ ਕਾਫੀ ਜ਼ਿਆਦਾ, ਜਿਸ ਕਰਕੇ ਦਰਦ ਹੁੰਦਾ ਹੈ। ਤਾਂ ਦਰਦ ਜਦੋਂ ਕਿਡਨੀ ਬਲੋਕਡ ਹੈ ਉਸ ਕਰਕੇ ਹੁੰਦਾ ਹੈ, ਤਾਂ ਉਸ ਟਾਈਮ ਅਗਰ ਆਪਾਂ ਲਿਕੁਇਡਸ ਨੂੰ ਇਨਟੇਕ ਵਧਾਵਾਂਗੇ, ਚਾਹੇ ਉਹ ਪਾਣੀ ਹੈ, ਚਾਹੇ ਉਹ ਬੀਅਰ ਹੈ, ਚਾਹੇ ਉਹ ਖਾਰਾ ਹੈ, ਤਾਂ ਉਸ ਨਾਲ ਕੋਈ ਫਰਕ ਨਹੀਂ ਪਏਗਾ, ਰਾਦਰ ਉਸ ਨਾਲ ਸੋਜਿਸ਼ ਵਧੇਗੀ ਅਤੇ ਦਰਦ ਵੀ ਵਧੇਗਾ। ਤਾਂ ਉਸ ਟਾਈਮ ਜ਼ਿਆਦਾ ਲਿਕੁਇਡ ਕੰਜ਼ਿਊਮ ਕਰਨਾ ਇੱਕ ਗਲਤ ਗੱਲ ਹੈ। ਇਹ ਧਾਰਨਾ ਕਾਫੀ ਪੁਰਾਣੀ ਬਣੀ ਹੋਈ ਹੈ, ਕਿਉਂਕਿ ਜਿਸ ਟਾਈਮ ਓਪਰੇਸ਼ਨਸ ਇੰਨੇ ਈਜ਼ੀਲੀ ਨਹੀਂ ਹੁੰਦੇ ਸੀਗੇ ਤਾਂ ਉਸ ਟਾਈਮ ਇਹ ਥੈਰੇਪੀਸ ਪਹਿਲਾਂ ਹੁੰਦੀਆਂ ਸੀ, ਜਿਸ ਨੂੰ ਅਸੀਂ ਡਾਇਓਰੈਟਿਕ ਥੈਰੇਪੀ ਕਹਿੰਦੇ ਸੀ ਜਾਂ ਫਲੱਸ਼ ਥੈਰੇਪੀ ਕਹਿੰਦੇ ਸੀ ਕਿ ਸਟੋਨ ਨੂੰ ਫਲੱਸ਼ ਕਰਕੇ ਬਾਹਰ ਕੱਢ ਦਿਓ ਜੀ। ਪਰ ਐਕਚੁਅਲੀ ਐਵੇਂ ਨਹੀਂ ਹੁੰਦਾ, ਜਿਹੜੀ ਆਪਣੀ ਯੂਰਿਨ ਦੀ ਪਾਈਪ ਹੈ ਉਹ ਕੋਈ ਪਲਾਸਟਿਕ ਦੀ ਪਾਈਪ ਨਹੀਂ ਹੈ ਕਿ ਉਸ 'ਚ ਆਪਾਂ ਫਲੱਸ਼ ਕਰ ਦਈਏ, ਉਹ ਸਪਾਜ਼ਮ ਹੋਇਆ ਹੁੰਦਾ ਜਿਸ ਕਰਕੇ ਪੱਥਰੀ ਨਹੀਂ ਨਿਕਲ ਪਾਉਂਦੀ। ਅਗਰ ਆਪਾਂ ਸਪਾਜ਼ਮ ਕੱਟੇਗਾ ਤਾਂ ਹੀ ਪੱਥਰੀ ਆਏਗੀ। ਪਾਣੀ, ਬੀਅਰ, ਸੋਡਾ ਜੋ ਵੀ ਉਹਦੇ ਨਾਲ ਜ਼ਿਆਦਾ ਦਰਦ ਵਧੇਗਾ, ਤਾਂ ਉਸ ਟਾਈਮ ਨੂੰ ਆਪਾਂ ਨੂੰ ਪਾਣੀ ਦੀ ਮਾਤਰਾ ਘਟਾਉਣੀ ਹੁੰਦੀ ਹੈ ਜਿਸ ਟਾਈਮ ਪੱਥਰੀ ਫਸੀ ਹੋਈ ਹੈ, ਸਟੋਨ ਨਿਕਲਣ ਦੀ ਵੇਟ ਕਰਨੀ ਚਾਹੀਦੀ ਹੈ। ਅਗਰ ਆਪਾਂ ਗੱਲ ਕਰੀਏ ਕਿ ਫਿਰ ਪਾਣੀ ਪੀਣ ਦਾ ਮਕਸਦ ਕੀ ਹੈ, ਪਾਣੀ ਪੀਣ ਦਾ ਮਕਸਦ ਹੈ ਪਿਸ਼ਾਬ ਨੂੰ ਪਤਲਾ ਰੱਖਣਾ ਜੀ, ਜਾਂ ਆਪਾਂ ਕਹੀਏ ਉਹਦੇ ਸੋਲਟ ਦੀ ਕੰਸਨਟ੍ਰੇਸ਼ਨ ਘਟਾਉਣੀ, ਤਾਂ ਕਿ ਯੂਰਿਨ ਪਤਲਾ ਰਹੇ, ਸੋਲਟਸ ਨਾ ਜੰਮਣ ਅਤੇ ਪੱਥਰੀ ਅੱਗੇ ਹੋਰ ਨਾ ਬਣੇ। ਯਾਨੀ ਜਦੋਂ ਪੱਥਰੀ ਫਸੀ ਹੋਈ ਨਹੀਂ ਹੈ, ਫਿਊਚਰ ਸਟੋਨ ਪ੍ਰੀਵੈਂਟ ਕਰਨ ਲਈ ਜਾਂ ਸਟੋਨ ਦੀ ਗਰੋਥ ਘਟਾਉਣ ਲਈ ਇਹ ਚੀਜ਼ ਹੈਲਪਫੁਲ ਹੋਏਗੀ, ਜੋ ਆਪਾਂ ਪਾਣੀ ਦੀ ਗੱਲ ਕਰ ਰਹੇ ਹਾਂ। ਤਾਂ ਇਨ ਸ਼ੋਰਟ, ਬੀਅਰ ਪੀਣਾ, ਇੱਕ ਨੋਰਮਲ ਇੱਕ ਗਲਾਸ ਬੀਅਰ ਇੱਕ ਗਲਾਸ ਪਾਣੀ 'ਚ ਕੁਛ ਫਰਕ ਨਹੀਂ ਹੈ, ਅਤੇ ਬੀਅਰ ਜਾਂ ਖਾਰਾ ਕੋਈ ਹੈਲਪ ਨਹੀਂ ਕਰੇਗਾ।